ਫੋਟੋ ਤੁਹਾਡਾ ਅੱਛਾ ਤੁਹਾਡੀ ਫੋਟੋ ਜੀ ਇਹ ਹਾਂਜੀ ਹਾਂਜੀ ਇਹ ਮੇਰੀ ਖੁਦ ਦੀ ਫੋਟੋ ਹੈ ਜੀ ਇਹ ਕਿੰਨੇ ਮਹੀਨੇ ਪੁਰਾਣੀ ਜੀ ਇਹ 4 ਮਹੀਨੇ ਪਹਿਲਾਂ ਦੀ ਫੋਟੋ ਹੈ ਜੀ ਮੇਰੀ 4 ਮਹੀਨੇ ਪਹਿਲਾਂ ਕੁਇੰਟਲ ਵੇਟ ਸੀਗਾ ਹਾਂਜੀ ਹਾਂਜੀ ਤੁਸੀਂ 4 ਮਹੀਨਿਆਂ ਦੇ ਵਿੱਚ ਹੁਣ ਕਿੰਨਾ ਵੇਟ ਹੈ ਜੀ ਮੇਰਾ 70 ਕਿਲੋ ਹੈ ਜੀ ਹੁਣ 30 ਕਿਲੋ ਆਦਾ ਜੀ ਹਾਂਜੀ ਜਦੋਂ ਇੰਨਾ ਟਾਈਮ ਇਹ ਪ੍ਰੋਡਕਟ ਯੂਜ਼ ਕਰ ਰਹੇ ਹੁੰਦੇ ਨਾ ਉਦੋਂ ਤੱਕ ਤਾਂ ਠੀਕ ਹੈ ਹਾਂਜੀ ਵੀ ਜਦੋਂ ਛੱਡ ਦਿੰਦਾ ਵਜਨ ਬੰਦਾ ਦੁੱਗਣਾ ਤਿੱਗਣਾ ਵੱਧ ਜਾਂਦਾ ਹੁੰਦਾ ਵੀ ਇਹ ਚੀਜ਼ਾਂ ਦੀ ਕੋਈ ਨਹੀਂ ਸਰ ਕੋਈ ਐਵੇਂ ਤਾਂ ਕੁਝ ਹੁੰਦਾ ਨਹੀਂ ਸਰ ਮਹੀਨਾ ਮੈਨੂੰ ਹੋ ਗਿਆ ਛੱਡੇ ਨੂੰ ਮੇਰਾ ਵੇਟ ਉਹ ਹਾਂਜੀ ਫੁੱਲ ਗਰੰਟੀ ਹੈ ਜੀ ਜੇਕਰ 3 ਦਿਨਾਂ ਦੇ ਵਿੱਚ ਤੁਹਾਡਾ ਕੋਈ ਰਿਜ਼ਲਟ ਨਹੀਂ ਆ ਰਿਹਾ ਤਾਂ 3 ਦਿਨਾਂ ਦੀ ਮਨੀ ਬੈਕ ਗਰੰਟੀ ਹੈ ਜੀ ਹੁਣ ਤਾਂ 3 ਦਿਨ ਕਦੇ 10 ਕਹਿ ਦੋ ਜੀ ਕੋਈ ਚੱਕਰ ਨਹੀਂ ਨਾ ਜੀ ਨਾ ਜੀ 3 ਦਿਨ ਪਹਿਲੇ ਦਿਨ ਹੀ ਰਿਜ਼ਲਟ ਆਊਗਾ ਜੀ ਅਸੀਂ ਫੇਰ ਵੀ 3 ਦਿਨ ਮਾਈਗ੍ਰੇਨ ਬੀਪੀ ਸ਼ੂਗਰ ਥਾਇਰਾਇਡ ਲੇਡੀਜ਼ ਦੇ ਬਹੁਤ ਇੰਟਰਨਲ ਪ੍ਰੋਬਲਮਸ ਹੁੰਦੀਆਂ ਨੇ ਉਹ ਸਾਰੀਆਂ ਦੂਰ ਹੁੰਦੀਆਂ ਨੇ ਵੀ ਦੋਸਤੋ ਸਮਾਣਾ ਸ਼ਹਿਰ ਦੇ ਵਿੱਚ ਇੱਕ ਆਹ ਸ੍ਰੀ ਸ਼ਿਆਮ ਨਿਊਟ੍ਰੀਸ਼ਨ ਕਲੱਬ ਹੈ ਇੱਥੇ ਨਾ ਆਜੋ ਇੱਕ ਵਾਰੀ ਅੰਦਰ ਆਜੋ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਜ਼ਿੰਮੇਵਾਰੀ ਜਾਂ ਗਰੰਟੀ ਦੇ ਰਹੇ ਹੋ ਮਾਰਕੀਟ ਦੇ ਵਿੱਚ ਹਾਂਜੀ ਵੀ ਜਿੰਨੇ ਵੀ ਭਰਾ ਆਪਣੇ ਸਮਾਣਾ ਸ਼ਹਿਰ ਜਾਂ ਇਹਦੇ ਆਲੇ ਦੁਆਲੇ ਜਾਂ ਆਲੇ ਪੰਜਾਬ ਦੇ ਕਿਤੋਂ ਵੀ ਵੀਡੀਓ ਦੇਖ ਰਹੇ ਹੋ ਧਿਆਨ ਨਾਲ ਸੁਣ ਲਿਓ ਚੀਜ਼ ਵੀਡੀਓ ਤੁਸੀਂ ਜ਼ਿੰਮੇਵਾਰੀ ਲੈ ਰਹੇ ਹੋ ਵੀ ਕਿਸੇ ਨੇ ਵਜਨ ਘਟਾਉਣਾ ਜਾਂ ਵਧਾਉਣਾ ਔਰ 100% ਗਰੰਟੀ ਦੇ ਨਾਲ ਤੁਸੀਂ ਅਗਲੇ ਦਾ ਵਜਨ ਘਟਾ ਵੀ ਦਿੰਦੇ ਹੋ ਵਧਾ ਵੀ ਦਿੰਦੇ ਹੋ ਇਹ ਚੀਜ਼ ਸੱਚ ਹੈ ਜੀ ਪਹਿਲਾਂ ਤਾਂ ਹਾਂਜੀ ਹਾਂਜੀ ਪੂਰੀ ਸੱਚ ਹੈ ਜੀ ਤੇ ਉੱਥੇ ਕੀ ਕਰਦੇ ਹੋ ਚਲੋ ਦੇਖਦੇ ਜੀ ਮੈਂ ਕਸਟਮਰ ਦੇ ਰਿਵਿਊ ਤਾਂ ਲੈਂਦਾ ਨਹੀਂ ਜੀ ਸਭ ਤੋਂ ਪਹਿਲਾਂ ਮੈਨੂੰ ਕੋਈ ਇਹੋ ਜਿਹਾ ਪ੍ਰੂਫ ਦੇਖੋ ਦੇ ਦਿਓ ਵੀ ਜਿੰਨੇ ਆਪਣੇ ਵੀਡੀਓ ਦੇਖ ਰਹੇ ਨੇ ਉਹ ਭਰੋਸਾ ਕਰ ਲੈਣਾ ਵੀ ਪ੍ਰੂਫ ਕੋਈ ਹੈਗਾ ਤੁਹਾਡੇ ਕੋਲ ਸਭ ਤੋਂ ਵੱਡਾ ਪ੍ਰੂਫ ਸਰ ਮੇਰਾ ਖੁਦ ਦਾ ਹੀ ਹੈ ਮੇਰਾ 100 ਕਿਲੋ weight ਸੀ ਜੀ ਕੁਇੰਟਲ ਹਾਂਜੀ ਪੂਰਾ 1 ਕੁਇੰਟਲ weight ਸੀ ਕੋਈ ਪ੍ਰੂਫ ਫੋਟੋ ਪਈ ਹੈ ਜੀ ਹਾਂਜੀ ਹਾਂਜੀ ਮੇਰੀ ਫੋਟੋ ਖੁਦ ਦੀ ਹੀ ਪਈ ਹੈ ਜੀ 1 ਕੁਇੰਟਲ weight ਜੀ ਹਾਂਜੀ ਆ ਦੇਖੋ ਜੀ ਦੇਖਣ ਤੁਸੀਂ ਲਾ ਲਓ ਵੀ 70 ਕਿਲੋ weight ਤੁਹਾਡਾ ਅੱਛਾ ਤੁਹਾਡੀ ਫੋਟੋ ਜੀ ਇਹ ਹਾਂਜੀ ਹਾਂਜੀ ਇਹ ਮੇਰੀ ਖੁਦ ਦੀ ਫੋਟੋ ਹੈ ਜੀ ਇਹ ਕਿੰਨੇ ਮਹੀਨੇ ਪੁਰਾਣੀ ਜੀ ਇਹ 4 ਮਹੀਨੇ ਪਹਿਲਾਂ ਦੀ ਫੋਟੋ ਹੈ ਜੀ ਮੇਰੀ 4 ਮਹੀਨੇ ਪਹਿਲਾਂ ਕੁਇੰਟਲ weight ਸੀਗਾ ਹਾਂਜੀ ਹਾਂਜੀ ਤੁਸੀਂ 4 ਮਹੀਨਿਆਂ ਦੇ ਵਿੱਚ ਹੁਣ ਕਿੰਨਾ weight ਹੈ ਜੀ ਮੇਰਾ 70 ਕਿਲੋ ਹੈ ਜੀ ਹੁਣ 30 ਕਿਲੋ ਆਦਾ ਜੀ ਹਾਂਜੀ ਪੱਕੀ ਗੱਲ ਹੈ ਜੀ ਇਹ ਹਾਂਜੀ ਹਾਂਜੀ ਆ ਤੁਹਾਨੂੰ ਦੇਖ ਹੀ ਰਿਹਾ ਹਾਂ ਹਾਂਜੀ ਹਾਂਜੀ ਤੇ ਮੈਮ ਆਪਣਾ ਕਿੰਨਾ ਜੀ ਮੇਰਾ 70 ਕਿਲੋ ਹੈ ਜੀ ਤੁਸੀਂ ਵੀ ਘਟਾਇਆ ਹਾਂਜੀ ਹਾਂ ਕਿੰਨਾ ਰਹਿ ਗਿਆ ਜੀ ਹੁਣ ਮੇਰਾ 70 ਕਿਲੋ ਹੈ ਪਹਿਲਾਂ 90 ਕਿਲੋ ਸੀ ਮੈਨੇ 2.5 ਕਿਲੋ weight ਘਟਾਇਆ ਹੈ ਓਕੇ 2.5 ਕਿਲੋ 2.5 ਮਹੀਨਿਆਂ ਦੇ ਵਿੱਚ 2.5 ਮਹੀਨਿਆਂ ਦੇ ਵਿੱਚ 20 ਕਿਲੋ weight ਘਟਾ ਲਿਆ ਆਪਾਂ ਨੇ ਹਾਂਜੀ ਹਾਂਜੀ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਜੀ ਆਪ ਇੰਨਾ ਆਪਾਂ weight ਟੁੱਟ ਗਿਆ ਤੇ ਤੈਨੂੰ ਛੱਡੇ ਨੂੰ ਕਿੰਨਾ ਘਟਾਇਆ ਮਗੇ ਚੀਜ਼ਾਂ ਵਿਚਾਲੇ 1 ਮਹੀਨਾ ਹੋ ਗਿਆ ਸਰ ਪੂਰਾ ਦੁਆਰੋ ਵਧਿਆ ਤੇ ਨਹੀਂ ਜੀ weight ਨਾ ਜੀ ਨਾ ਜੀ ਉੱਥੇ ਹੈ ਸਰ ਤੇ ਜਿੰਨੇ ਵੀ ਆਪਣੇ ਇਹ ਵੀਡੀਓ ਦੇਖ ਰਹੇ ਨੇ ਚਲੋ ਉਹ ਘਟਾਉਣਾ ਚਾਹੁੰਦੇ ਨੇ ਚਾਹੇ ਵਧਾਉਣਾ ਚਾਹੁੰਦੇ ਨੇ ਇਹ ਅਸਲ ਦੇ ਵਿੱਚ ਪ੍ਰੋਸੈਸ ਕੀ ਹੈ ਜੀ ਘਟਾਉਣ ਦਾ ਵਧਾਉਣ ਦਾ ਇਹ ਸਰ ਨਿਊਟ੍ਰੀਸ਼ਨ ਹੈ ਹੋਮ ਡਾਈਟ ਹੈ ਬਿਲਕੁਲ ਫਰੂਟਸ ਤੇ ਵੈਜ ਤੋਂ ਮਿਲ ਕੇ ਬਣਿਆ ਹੋਇਆ ਕੋਈ ਇਸ ਦਾ ਸਾਈਡ ਇਫੈਕਟ ਨਹੀਂ ਹੈਗਾ ਕੋਈ ਸ਼ੂਗਰ ਨਹੀਂ ਹੈਗਾ ਕੋਈ ਮੈਡੀਸਨ ਨਹੀਂ ਹੈ ਮਤਲਬ ਆਰਗੇਨਿਕ ਪ੍ਰੋਡਕਟ ਹੈ ਆਰਗੇਨਿਕ ਪ੍ਰੋਡਕਟ ਹੈ ਜੀ ਖੁਦ ਕਸਟਮਾਈਜ਼ ਕਰਿਆ ਹੋਇਆ ਜੀ ਕੰਪਨੀ ਵੱਲੋਂ ਇੱਕ ਸਭ ਤੋਂ ਵੱਡੀ ਅਫਵਾਹ ਫੈਲ ਰਹੀ ਹੈ ਜੀ ਪਤਾ ਨਹੀਂ ਸੱਚ ਹੈ ਪਤਾ ਨਹੀਂ ਝੂਠ ਹੈ ਮੈਂ ਤਾਂ ਤੁਹਾਡੇ ਮੂੰਹੋਂ ਸੁਣੂਗਾ ਤੁਸੀਂ ਖੁਦ ਆਪਣਾ weight ਘਟਾਇਆ ਹੈਗਾ ਹਾਂਜੀ ਉਹ ਕਹਿੰਦੇ ਵੀ ਜਦੋਂ ਇੰਨਾ ਟਾਈਮ ਇਹ ਪ੍ਰੋਡਕਟ ਯੂਜ਼ ਕਰ ਰਹੇ ਹੁੰਦੇ ਨਾ ਉਦੋਂ ਤੱਕ ਤਾਂ ਠੀਕ ਹੈ ਹਾਂਜੀ ਵੀ ਜਦੋਂ ਛੱਡ ਦਿੰਦਾ ਵਜਨ ਬੰਦਾ ਦੁੱਗਣਾ ਤਿੱਗਣਾ ਵੱਧ ਜਾਂਦਾ ਹੁੰਦਾ ਵੀ ਇਹ ਚੀਜ਼ਾਂ ਦੀ ਕੋਈ ਨਹੀਂ ਸਰ ਕੋਈ ਐਵੇਂ ਤਾਂ ਕੁਝ ਹੁੰਦਾ ਨਹੀਂ ਸਰ ਮਹੀਨਾ ਮੈਨੂੰ ਹੋ ਗਿਆ ਛੱਡੇ ਨੂੰ ਮੇਰਾ weight ਉੱਥੇ ਹੀ ਹੈ ਸਰ ਉੱਥੇ ਹੈਗਾ ਹਾਂਜੀ ਬਿਲਕੁਲ ਨਹੀਂ ਵਧਿਆ ਸਰ ਤੇ ਮੰਨ ਕੇ ਚੱਲੋ ਜੀ ਕੋਈ ਆਪਣਾ ਵੀਰ ਜਾਂ ਭੈਣ ਤੁਹਾਡੇ ਥਰੂ ਕੋਈ ਚੀਜ਼ ਲੈ ਕੇ ਜਾਂਦਾ ਥੋੜਾ ਸਪਲੀਮੈਂਟ ਲੈ ਕੇ ਗਿਆ ਫੂਡ ਸਪਲੀਮੈਂਟ ਜਿਹੜਾ ਆਪਾਂ ਕਹਿੰਦੇ ਹਾਂਗੇ ਹਾਂਜੀ ਬੰਦੇ ਨੂੰ ਕੋਈ ਰਿਜ਼ਲਟ ਨਹੀਂ ਮਿਲਿਆ ਜੀ ਉਹ ਚੀਜ਼ ਦੇ ਉਹਦੇ ਪੈਸਿਆਂ ਦੀ ਕੀ ਜ਼ਿੰਮੇਵਾਰੀ ਰਹੂਗੀ ਹਾਂਜੀ ਫੁੱਲ ਗਰੰਟੀ ਹੈ ਜੀ ਜੇਕਰ 3 ਦਿਨਾਂ ਦੇ ਵਿੱਚ ਤੁਹਾਡਾ ਕੋਈ ਰਿਜ਼ਲਟ ਨਹੀਂ ਆ ਰਿਹਾ ਤਾਂ 3 ਦਿਨਾਂ ਦੀ ਮਨੀ ਬੈਕ ਗਰੰਟੀ ਹੈ ਜੀ ਹੁਣ ਤਾਂ 3 ਦਿਨ ਕਦੇ 10 ਕਹਿ ਦੋ ਜੀ ਕੋਈ ਚੱਕਰ ਨਹੀਂ ਨਾ ਜੀ ਨਾ ਜੀ 3 ਦਿਨ ਪਹਿਲੇ ਦਿਨ ਹੀ ਰਿਜ਼ਲਟ ਆਊਗਾ ਜੀ ਅਸੀਂ ਫੇਰ ਵੀ 3 ਦਿਨ ਦੇ ਰਹੇ ਹਾਂ ਅੱਛਾ ਪਹਿਲੇ ਦਿਨ ਹੀ ਆ ਜਾਊਗਾ ਹਾਂਜੀ ਫੇਰ ਵੀ ਤੁਸੀਂ 3 ਕਹਿਆ ਮੈਨੂੰ 3 ਦਿਨ ਦੇ ਰਹੇ ਹਾਂ ਹਾਂਜੀ ਲਓ ਵੀ ਜਿੰਨੇ ਵੀ ਆਪਣੇ ਵੀਡੀਓ ਦੇਖ ਰਹੇ ਜੇ 3 ਦਿਨਾਂ 'ਚ ਰਿਜ਼ਲਟ ਨਾ ਮਿਲਿਆ ਭਾਵੇਂ ਵਧਾਉਣਾ ਭਾਵੇਂ ਘਟਾਉਣਾ ਤਾਂ ਸਾਰੇ ਪੈਸੇ ਵਾਪਸ ਗਰੰਟੀ ਦੇ ਨਾਲ ਹਾਂਜੀ ਫੁੱਲ ਗਰੰਟੀ ਨਾਲ ਫੁੱਲ ਗਰੰਟੀ ਦੇ ਨਾਲ ਤੇ ਇਹਦੇ ਨਾਲ ਕੋਈ ਕਿਸੇ ਨੂੰ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਹੈਗਾ ਹਾਂਜੀ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਸਗੋ ਜਿਹੜੀਆਂ ਲੇਡੀਜ਼ ਦੀਆਂ ਇੰਟਰਨਲਸ ਪ੍ਰੋਬਲਮ ਹੁੰਦੀਆਂ ਨੇ ਮਾਈਗ੍ਰੇਨ ਬੀਪੀ ਸ਼ੂਗਰ ਥਾਇਰਾਇਡ ਲੇਡੀਜ਼ ਦੀਆਂ ਬਹੁਤ ਇੰਟਰਨਲ ਪ੍ਰੋਬਲਮਸ ਹੁੰਦੀਆਂ ਨੇ ਉਹ ਸਾਰੀਆਂ ਦੂਰ ਹੁੰਦੀਆਂ ਨੇ ਇਹਦੇ ਨਾਲ ਤੇ ਇਹਦੇ ਵਿੱਚ ਉਹ ਦੱਸ ਦਿਓ ਜੀ ਕਿੰਨੀਆਂ ਵਾਰ ਚਲੋ ਆਪਾਂ ਨਹੀਂ ਤਾਂ ਏਜ ਤੁਹਾਡੀ ਮੈਨੂੰ ਲੱਗਦਾ ਵੀ ਵਿਚਾਲੇ ਆਪਾਂ ਮਿਡਲ ਏਜ ਵਿੱਚ ਆ ਜਾਂਦੇ ਆ
ਵੀ ਇਹਨੂੰ ਕਿੰਨੀ ਏਜ ਤੋਂ ਲੈ ਕੇ ਕਿੰਨੀ ਏਜ ਤੱਕ ਦੇ ਵਰਤ ਸਕਦੇ ਨੇ ਇਦਾਂ ਦਾ ਕੋਈ? 2 ਤੋਂ ਲੈ ਕੇ ਜੀ 100 ਸਾਲ ਤੱਕ ਕੋਈ ਵੀ ਲੈ ਸਕਦਾ, ਕੋਈ ਵੀ ਲੈ ਸਕਦਾ, ਕੋਈ ਚੱਕਰ ਨਹੀਂ ਹੈ ਨਾ? ਹਾਂਜੀ ਕੋਈ ਚੱਕਰ ਨਹੀਂ। ਤੇ ਇੱਕ ਵਾਰੀ ਆਪਣਾ ਐਡਰੈਸ ਦੱਸ ਦਿਓ, ਸਮਾਣਾ ਦੇ ਵਿੱਚ ਪ੍ਰੋਪਰ ਪੈਂਦਾ ਕਿੱਥੇ ਆ? ਇਹ ਸਰ ਸ਼੍ਰੀ ਸ਼ਾਮ ਨਿਊਟ੍ਰੀਸ਼ਨ ਕਲੱਬ ਹੈ ਜੀ ਸਾਡਾ, ਪਬਲਿਕ ਕਾਲਜ ਦੇ ਮੇਨ ਗੇਟ ਦੇ ਬਿਲਕੁਲ ਸਾਹਮਣੇ, 올ਡ ਸਤਸੰਗ ਦੇ ਆਪੋਜ਼ਿਟ ਸਾਈਡ। ਬਾਕੀ ਗੂਗਲ ਤੇ ਲੋਕੇਸ਼ਨ ਪਈ ਹੈ? ਹਾਂਜੀ ਬਾਕੀ ਲੋਕੇਸ਼ਨ ਪਈ ਹੈ ਜੀ, ਤੁਹਾਨੂੰ ਲੋਕੇਸ਼ਨ ਸੈਂਡ ਕਰ ਦਾਂਗੇ। ਤੇ ਕੰਟੈਕਟ ਨੰਬਰ ਤੇ ਐਡਰੈਸ ਸਕਰੀਨ ਤੇ ਚਲਾਤੇ ਜੀ। ਕਈ ਵਾਰ ਨਾ ਜੀ ਕੋਈ ਆਪਣੇ ਜਿੰਨੇ ਵੀਡੀਓ ਦੇਖ ਰਹੇ ਦੂਰ ਬੈਠੇ ਹੁੰਦੇ ਆ, ਹਾਂਜੀ ਉਹਨਾਂ ਲਈ ਕੀ ਆਪਣੀ ਸਰਵਿਸ ਕੁਰੀਅਰ ਵਗੈਰਾ ਦੀ ਫੈਸਿਲਿਟੀ? ਉਹਨਾਂ ਲਈ ਜੀ 올 ਇੰਡੀਆ ਦਾ ਡਿਲੀਵਰੀ ਫ੍ਰੀ ਹੈ ਜੀ ਬਿਲਕੁਲ। ਹਾਂ ਫੋਰਨ ਚਾਰਜਸ ਲੱਗਣਗੇ ਜੀ ਜਿਹੜੇ ਉਹਨਾਂ ਦਾ, ਮਤਲਬ 올 ਇੰਡੀਆ ਦੇ ਵਿੱਚ ਆਪਾਂ ਡਿਲੀਵਰ ਫ੍ਰੀ ਕਰਾ ਦਾਂਗੇ। ਹਾਂਜੀ 올 ਇੰਡੀਆ ਡਿਲੀਵਰੀ ਫ੍ਰੀ ਹੈ ਜੀ। ਓਕੇ ਹਾਂਜੀ। ਤੇ ਬਾਕੀ ਜੇ ਕੋਈ ਭਰਾ ਆਪਣਾ ਬਾਹਰੋਂ ਕੋਈ ਵੀਡੀਓ ਦੇਖ ਰਿਹਾ ਜੇ ਉਹ ਮੰਗਵਾਉਣਾ ਚਾਹੁੰਦਾ ਇਹ, ਤਾਂ ਉਹਦੇ ਥੋੜੇ ਜਿਹਾ ਜੋ ਆਪਣੇ ਕੋਲ ਦਾ ਚਾਰਜਸ ਹੋਣਗੇ, ਵੇਟ ਦੇ ਅਕੋਰਡਿੰਗ ਉਹਨਾਂ ਦਾ ਚਾਰਜਸ ਲੱਗਣਗੇ ਜੀ ਐਕਸਟਰਾ। ਬਾਕੀ ਦੋਸਤੋ ਵੀਡੀਓ ਕਿਵੇਂ ਲੱਗੀ ਦੱਸਿਓ, ਕਮੈਂਟ ਕਰਕੇ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ, ਤਾਂ ਜੋ ਆਪਣੇ ਉਹ ਭਰਾਵਾਂ ਤੱਕ ਪਹੁੰਚੇ ਜਿਹੜੇ ਕੰਮਾਂ ਕਾਰਾਂ 'ਚ ਬਾਹਲੇ ਜ਼ਿਆਦਾ ਬਿਜ਼ੀ ਹੋ ਗਏ ਅਤੇ ਵੇਟ ਵੱਧ ਰਿਹਾ ਜਾਂਦਾ, ਜਾਂ ਇੰਨੇ ਕੁ ਜ਼ਿਆਦਾ ਹੋ ਗਏ ਵੀ ਪ੍ਰੋਪਰ ਖਾ ਪੀ ਨਹੀਂ ਰਹੇ, ਵਜ਼ਨ ਘਟਿਆ ਪਿਆ, ਹੈ ਨਾ, ਵੀ ਉਹਨਾਂ ਤੱਕ ਇਹ ਵੀਡੀਓ ਪਹੁੰਚੇ, ਭਾਵੇਂ ਉਹਨਾਂ ਨੇ ਘਟਾਉਣਾ ਭਾਵੇਂ ਵਧਾਉਣਾ, ਜਿਹਨਾਂ ਕੋਲ ਟਾਈਮ ਨਹੀਂ ਹੈਗਾ, ਕਿਉਂਕਿ ਟਾਈਮ ਦਿੱਕਤ ਅੱਜ ਸਮੇਂ 'ਚ ਸਾਰਿਆਂ ਨੂੰ ਹੈ ਜੀ। ਹਾਂਜੀ। ਅਤੇ ਬਾਕੀ ਕੰਟੈਕਟ ਕਰ ਲਓ ਜੀ ਦਿੱਤੇ ਹੋਏ ਨੰਬਰਾਂ ਦੇ ਉੱਤੇ।